ਸਰਕਾਰ ਦੁਆਰਾ ਐਸਸੀਬੀਸੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਦਿੱਤੀਆਂ ਜਾਣ ਵਾਲੀਆਂ ਸਸਤੀ ਸਹੂਲਤਾਂ ਦੇ ਫੰਡ ਸੰਬੰਧਿਤ ਕਾਲਜਾਂ ਨੂੰ ਹੁਣ ਤੱਕ ਜਾਰੀ ਨਾ ਕੀਤੇ ਜਾਣ ਕਾਰਨ ਪੰਜਾਬ ਦੇ ਸਮੂਹ ਕਾਲਜਾਂ ਦੇ ਮੈਨੇਜਮੈਂਟ ਪ੍ਰਿੰਸੀਪਲਾਂ ਅਧਿਆਪਕਾਂ ਦੁਆਰਾ ਫੰਡ ਜਾਰੀ ਕਰਾਉਣ ਲਈ ਜ਼ਿਲ੍ਹਿਆਂ ਦੇ ਡੀਸੀ ਰਾਹੀਂ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ, ਜਿਸ ਸੰਬੰਧੀ ਜ਼ਿਲ੍ਹਾ ਫਰੀਦਕੋਟ ਦੇ ਕਾਲਜਾਂ ਨੇ ਵੀ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਡੀਸੀ ਰਾਹੀਂ ਮੰਗ ਪੱਤਰ ਦਿੱਤਾ। ਇਸ ਮੌਕੇ ਸਮੂਹ ਕਾਲਜਾਂ ਦੇ ਅਧਿਆਪਕਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਕਾਲਜਾਂ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਨੇ ਪੜ੍ਹਾਈ ਕਰਵਾਈ ਅਤੇ ਬੱਚੇ ਪੜ੍ਹਾਈ ਕਰਕੇ ਚਲੇ ਵੀ ਗਏ, ਪਰ ਕੇਂਦਰ ਸਰਕਾਰ ਨੇ ਉਹਨਾਂ ਨੂੰ ਅਜੇ ਤੱਕ ਫੰਡ ਜਾਰੀ ਨਹੀਂ ਕੀਤੇ। ਪੰਜਾਬ ਦੇ ਤਕਰੀਬਨ 700 ਤੋਂ ਉੱਪਰ ਜਿੰਨੇ ਵੀ ਪ੍ਰਾਈਵੇਟ ਅਦਾਰੇ ਹੈ, ਉਹਨਾਂ ਸਾਰਿਆਂ ਨੇ ਹੜਤਾਲ ਰੋਸ ਦੇ ਪ੍ਰਗਟ ਦੇ ਵਿੱਚ ਕੀਤੀ ਹੋਈ ਹੈ, ਤਾਂ ਕਿ ਜਿਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ 2014-15 ਦੀ ਜੋ ਪੋਸਟ ਮੈਟ੍ਰਿਕ ਦੀ ਸਕਾਲਰਸ਼ਿਪ ਹੈ ਉਹ 20% ਉਹ ਪੈਂਡਿੰਗ ਹੈ, ਔਰ 15-16 ਦੀ ਜਿਹੜੀ ਸਕਾਲਰਸ਼ਿਪ ਹੈ 80% ਉਹ ਸਕਾਲਰਸ਼ਿਪ ਪੈਂਡਿੰਗ ਹੈ, ਜਿਸ ਕਰਕੇ ਜਿੰਨੇ ਵੀ ਪ੍ਰਾਈਵੇਟ ਅਦਾਰੇ ਹੈਗੇ ਆ ਉਹਨਾਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਸੈਸ਼ਨ ਲਈ ਜਿਹੜੇ ਬੱਚਿਆਂ ਨੇ ਸਕਾਲਰਸ਼ਿਪ ਅਪਲਾਈ ਕੀਤਾ ਸੀ ਉਹ ਸੈਸ਼ਨ ਬੱਚਿਆਂ ਨੂੰ ਪੂਰਾ ਹੋਇਆ ਨੂੰ ਵੀ 5 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ, ਔਰ ਸਰਕਾਰ ਵੱਲੋਂ ਅਜੇ ਤੱਕ ਵੀ ਜਿਹੜੀ ਸਕਾਲਰਸ਼ਿਪ ਉਹ ਰਿਲੀਜ਼ ਨਹੀਂ ਕੀਤੀ ਗਈ। ਐਸਸੀ ਕੈਂਡੀਡੇਟਸ ਜਿਹੜੇ ਸਟੂਡੈਂਟਸ ਉਹਨਾਂ ਦੇ ਕੋਲ ਪੜ੍ਹਦੇ ਹਨ ਉਹਨਾਂ ਤੋਂ ਫੀਸ ਨਹੀਂ ਚਾਰਜ ਕਰਦੇ, ਉਹਨਾਂ ਨੂੰ ਜਿਹੜਾ ਵਜ਼ੀਫਾ ਆਉਂਦਾ ਹੈ ਗੌਰਮੈਂਟ ਵੱਲੋਂ ਡਾਇਰੈਕਟਲੀ ਉਹਨਾਂ ਨੂੰ ਟ੍ਰਾਂਸਫਰ ਹੋਣਾ ਹੁੰਦਾ, ਉਹ ਹਲੇ ਹੋਇਆ ਨਹੀਂ। ਉਹ ਕਹਿ ਰਹੇ ਸੀ ਤੁਸੀਂ ਜਲਦੀ ਕਰੋ, ਇਸ ਕਰਕੇ ਉਹਨਾਂ ਨੂੰ ਆਪਣਾ ਮੈਮੋਰੈਂਡਮ ਦੇ ਕੇ ਗਏ ਹਾਂ ਜਿਹੜਾ ਮੈਂ ਐਪਰੋਪ੍ਰੀਏਟ ਅਥਾਰਟੀ ਦੇ ਕੋਲ ਭੇਜ ਰਿਹਾ। ਫਰੀਦਕੋਟ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਗੁਰਜੀਤ ਰੋਮਾਣਾ ਦੀ ਰਿਪੋਰਟ।